ਲੋ ਜੀ, ਵੈਲਕਮ ਟੂ ਬਟ ਐਂਡ ਪੱਟੀ ਗੇਮਿੰਗ। ਮੈਂ ਪੱਟੀ ਤੇ ਮੇਰੇ ਨਾਲ ਨੇ ਮੁਹਤਰਮ ਜਨਾਬ ਇੱਜ਼ਤ ਮੁਆਫ ਸਾਹਿਬ, ਜਿਹੜੇ ਹਰ ਤਰ੍ਹਾਂ ਦੇ ਤਾਰਫ ਦੇ ਮੁਹਤਾਜ ਨੇ, ਜਿਨ੍ਹਾਂ ਨੂੰ ਗਲੀ ਦਾ ਚੌਂਕੀਦਾਰ ਤੱਕ ਨਹੀਂ ਜਾਣਦਾ। ਹੋਰ ਕੁਛ, ਕਾਇਮ ਅਲੀ ਸ਼ਾਹ ਦੇ ਕਲਾਸ ਫੈਲੋ ਬਟ ਸਾਹਿਬ, ਤਾਲੀਆਂ। ਬਸ 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 ਬਸ, ਥੈਂਕ ਯੂ ਥੈਂਕ ਯੂ ਥੈਂਕ ਯੂ। ਬੈਠੋ ਬੈਠੋ, ਕੋਈ ਮਸਲਾ ਨਹੀਂ। ਬਟ ਸਾਹਿਬ, ਆਪ ਕੁਛ ਕਹਿਣਾ ਚਾਹੇਂਗੇ? ਕੁਛ ਨਹੀਂ, ਗੇਮ ਖੇਡੋ। ਤੇ ਲਾ ਲਈਏ, ਗੇਮ ਖੇਡਣ ਲੱਗਿਆ ਮੈਂ ਕਿਹੜਾ ਬੱਚਾ ਨੂੰ ਆਉਣ ਲੱਗਾ ਇੱਥੇ। ਕੀ ਆ, ਤੁੱਤ ਪੇਸਟ ਪਈ? ਕਿੱਥੋਂ ਆ ਗਈ? ਤੂੰ ਤੇ ਮੈਂ ਖੇਡਣ ਹੀ ਨਹੀਂ ਸੀ ਯਾਰ। ਬਟ ਸਾਹਿਬ, ਬੁਰਾ ਨਹੀਂ ਮਨਾਉਣਾ, ਪਿਛਲੀ ਸੇਵ ਫਾਈਲ ਲੋਡ ਕਰਨ ਲੱਗੇ। ਵੱਡ ਤੇਰੇ ਬਚਪਨ ਦੀ ਫੋਟੋ ਭੱਟੀ ਖਲੋਤਾ, ਈਦ ਮੁਬਾਰਕ ਕਰਨ ਲੱਗਾ। ਉਹ ਹੱਥ ਖਿਲਾਰ ਕੇ ਐਵੇਂ ਖਲੋਤਾ ਸੀ। ਦੂਰ ਦੂਰ। ਅੱਛਾ ਜੀ, ਬਟ ਸਾਹਿਬ ਗੇਮ ਦਾ ਤੇ ਦੱਸੋ, ਕਿਹੜੀ ਗੇਮ ਜੀ? ਬਟ ਸਾਹਿਬ, ਗੇਮ ਦਾ ਨਾਮ ਹੈ ਦ ਆਊਟਰ ਵਰਲਡਸ, ਇਹਦਾ ਡਿਵੈਲਪਰ ਹੈ ਓਬਸੀਡੀਅਨ। ਇਸ ਤੋਂ ਪਹਿਲੇ ਉਹ ਫਾਲਆਊਟ ਨਿਊ ਵੇਗਾਸ ਬਣਾ ਚੁੱਕੇ ਨੇ। ਗੇਮ ਦਾ ਜਨਰ ਹੈਗਾ ਐਕਸ਼ਨ ਆਰ ਪੀ ਜੀ ਪਲੱਸ ਸ਼ੂਟਰ। ਬੋਲਦਾ ਬੋਲਦਾ ਸਾਹ ਲੈ ਲਿਆ ਕਰ ਥੋੜਾ ਜਿਹਾ। ਹਾਂਜੀ ਹਾਂਜੀ, ਸਾਹ ਆ ਰਿਹਾ ਮੈਨੂੰ। ਚੰਗਾ ਹੁੰਦਾ, ਮੈਂ ਕਿਹੜਾ ਮਰਨ ਲੱਗਾ। ਮਰਨ ਨਹੀਂ ਲੱਗਾ, ਸਮਝ ਨਹੀਂ ਆ ਲੈਣਾ ਤਾਂ ਕੱਟੀਆਂ ਕੱਟੀਆਂ ਬੋਲਦੀਆਂ ਲਫ਼ਜ਼। ਓਏ ਰੱਬ, ਪੋਚਾ ਕੋਣੀ ਲਫ਼ਜ਼ ਉੱਤੇ ਥੱਲੇ ਹੁੰਦੇ ਸਨ ਤੇਰੇ? ਕੌਣ ਹੈ ਜੀ? ਮੈਨੂੰ ਕੀ ਪਤਾ, ਮੈਂ ਨਾ ਕਿਹੜੀ ਬਾਟੇ ਖੇਡਦੀ ਰਹੀ ਫਿਰਨ ਤੇ ਦਿਨ ਬਈ ਬਟੀ। ਬਸ ਸਭ, ਗੇਮ ਦੀ ਸਟੋਰੀ ਇਹ ਹੈਗੀ ਹੈ ਕਿ ਸਟੋਰੀ ਤਾਂ ਖਾਸ ਹੈ ਨਾ, ਵੈਸੇ ਮੈਨੂੰ ਵੀ ਨਹੀਂ ਪਤਾ, ਬਸ ਅਸੀਂ ਗੇਮ ਹੀ ਖੇਡਾਂਗੇ, ਠੀਕ ਹੈ ਨਾ? ਮੂੰਹ ਸਿੱਧਾ ਰੱਖ, ਮੂੰਹ ਸਿੱਧਾ, ਮੂੰਹ ਹੋਰ ਮੇਰਾ ਪੁੱਠਾ, ਮੇਰਾ ਮੂੰਹ ਪੈਰਾਂ ਤੇ ਲੱਗਾ। ਤੋੜ ਤੇ ਸਹੀ, ਨਾਲ ਉਹਨੂੰ ਤੋੜ ਤੇ ਸਹੀ। ਬਟ ਸਾਹਿਬ, ਇਸਕਾ ਨਾਮ ਹੈ ਪਾਰਵਤੀ, ਇਹ ਇੰਡੀਅਨ ਹੈ। ਅੱਛਾ, ਠੀਕ ਹੈ ਜੀ। ਇਸ ਦੇ ਉੱਪਰ ਲਿਖਾ ਵੀ ਹੋਇਆ ਇੱਥੇ ਆ ਆ ਆ ਵਾਲਾ ਨਾ, ਇੱਥੇ ਕਰਕੇ। ਤੇ ਵੇਖ ਸ਼ਕਲੋਂ ਤੇ ਐਸਟ੍ਰੋਨਾਟ ਲੱਗ ਰਹੀ ਹੈ ਲਿਬਾਸ ਆਪਣੇ ਤੋਂ। ਹੈਗੀ ਹੈ ਐਸਟ੍ਰੋਨਾਟ, ਲੇਕਿਨ ਕੰਮ ਹੁਣ ਜੋ ਮਕੈਨਿਕ ਦਾ ਕਰਦੀ ਹਾਂ। ਆਹੋ, ਟਵੀਨ ਮੰਨਦਾ ਮੈਂ ਨਾ, ਫੀਤਾ ਵੀ ਬੰਨਾ, ਮਿਸਤਰੀਆਂ ਦਾ ਕੰਮ ਵੀ ਜਾਣਦੀ। ਫੀਤਾ ਉਹਨੇ ਬੰਨ ਕੇ ਹੋਰ ਗੱਲੋਂ ਬੰਨਿਆ ਉਹ ਵੀ। ਫੀਤਾ ਉਹਨੇ ਵੀ ਸ਼ਾਇਦ ਆਪਣੀ ਆਪ ਸਿਆਣੇ ਹੋ ਤੁਸੀਂ, ਸਸਤੀ ਐਸ਼ਵਰੀਆ ਰਾਏ ਹੁੰਦੀ। ਚਲੋ ਜੀ, ਸ਼ੁਰੂ ਕਰਨੇ ਆ ਗੇਮ। ਸਟੋਰੀ ਹੈ ਜੀ ਬਟ ਸਾਹਿਬ, ਥੋੜ੍ਹੀ ਜਿਹੀ ਸੀ ਕਿ ਪੋਸ ਅਪੋਕਲਿਪਟਿਕ ਵਰਲਡ ਹੈ। ਪੋਸ ਅਪੋਕਲਿਪਟਿਕ ਫਿਰ ਕਹੀ ਦਾ ਠੀਕ ਬੋਲਿਆ? ਨਹੀਂ ਫਿਰ ਪੋਸ ਅਪੋਕਲਿਪਟਿਕ ਵਰਲਡ ਠੀਕ ਹੋ ਗਿਆ? ਜਿੰਨੀ ਵਾਰੀ ਤੇਰੇ ਮੂੰਹ ਚ ਫਸਿਆ ਨਾ, ਕੋਲੋਨਾਈਜੇਸ਼ਨ ਦਾ ਦੌਰ ਹੈ, ਕੋਲੋਨੀਅਲਾਈਜੇਸ਼ਨ ਦਾ ਦੌਰ ਹੈ ਬਟ ਸਾਹਿਬ, ਠੀਕ ਹੈ ਨਾ? ਮਨੇ ਉਸ ਵਾਰ ਦੀ ਦੀ ਕਰਾ ਜਾ, ਕਿਸੇ ਖਰਾ ਦੀਏ ਤੋਂ ਕੋਲ ਜਾ, ਖਰਾ ਦੀਏ ਗੋਲੀ ਚੱਲਾ ਸੀ ਬੰਦਾ ਤੇਰਾ ਇਹੀ ਬਸ। ਪੱਟੀ ਸਾਹਿਬ, ਕਿਹੜੀਆਂ ਜ਼ਮੀਨਾਂ ਵੇਚ ਕੇ ਕੰਪਿਊਟਰ ਲੈ ਲਿਆ? ਜਾਓ ਖੋਤੀ ਰੇੜੀ ਪਾਓ ਇੱਥੇ ਰੋਡ ਦੇ ਉੱਤੇ। ਬਟੇ ਨੂੰ ਮਾਰਾਂ, ਦੋ ਲਫ਼ਜ਼ ਤੇਰੇ ਕੋ ਬੋਲੇ ਨਹੀਂ ਜਾਂਦੇ ਸਹੀ। ਬਟੇ ਨੂੰ ਮਾਰਾਂ ਭਲਾ, ਉਹਨੇ ਧੌਣ ਤੇ ਧੱਡੀ ਆ ਤੇਰੇ, ਆ ਵੀ ਯਾਦ ਰੱਖੀ। ਮਾਰ ਕੇ ਤੇ ਵੇਖਾਂ ਗੱਲ ਹੈ ਤੇਰੇ ਕੋ ਕੋਈ? ਆਈ ਬਾਸਸ ਆਰਡਰਸ, ਵੀ ਆਲ ਗਾਟ ਹਾਂ ਲੈ ਬਾਸ ਦਾ ਅਗਲਾ ਹੁਣ ਤੇ ਇੱਥੇ ਰੱਖ। ਓਏ ਗਨ ਕਿਹੜੀ ਆ, ਪਰ ਫੁੱਲ ਕਿੱਥੇ ਗਿਆ ਮੇਰਾ? ਹਾਂ ਲੈ ਹਾਂ ਲੈ, ਹੁਣਾ ਹੁਣਾ ਤੇਰੀ ਪੱਟੀ ਹੈ ਡੰਡਾ ਹੈ ਜੀ, ਜਿਵੇਂ ਤੂੰ ਬਰਾਤਾਂ ਦੇ ਅੱਗੇ ਲੈ ਕੇ ਨਹੀਂ ਫਿਰਦਾ ਹੁੰਦਾ, ਵੱਡਾ ਪੈਨ ਪਾਸਰ ਹੁੰਦਾ ਜਿਹੜਾ। ਉਹ ਮਰਨ ਵਾਲਾ ਹੀ ਮੇਰਾ, ਓਏ ਹਜਾਮਾ ਕਰਨ ਦੇ ਉਹ ਬਾਹ ਲਾ। ਓਏ ਕੋਈ ਹੋਰ ਵੀ ਹੈਗਾ ਜੀ ਅਜੇ? ਬਾਬਾ ਇਹ ਕੋਣ ਦਾ ਦੌਰ ਪਤਾ ਨਹੀਂ ਕਿਹੜਾ ਮੋਇਆ ਜਾਂ ਤੇ ਅਮਲ ਲਿਆ ਕਰਦਾ, ਕੋਈ ਕਰੀਂਦਾ ਲੱਗ ਰਿਹਾ ਇਸ ਨੂੰ। ਚੰਗਾ ਨਹੀਂ, ਠੰਡੀ ਹੋ ਸਦਕੇ ਉਹ ਤੇਰੀ ਗੇਮ ਖੇਡਦੇ ਹੋ ਪੱਟੀ ਸਾਹਿਬ। ਸਦਕੇ ਨਾ ਕਹਿ, ਲਾਨਤ ਵੀ ਕਹਿ ਨਾ ਪੱਟੀ, ਅਖੀਰ ਹੋ ਗਈ ਬਸ ਅੱਜ ਨਾ ਤੂੰ ਗੇਮ ਖੇਡਣੀ। ਕੁਛ ਨਾ ਕੁਛ ਤੇ ਹੋਣਾ ਹੀ ਸੀ। ਚਲੋ ਯਾਰ ਹੁਣ ਸ਼ੁਰੂ ਕਰੀਏ ਸਟੋਰੀ ਮੋਡ। ਮੈਨੂੰ ਲੱਗਦਾ ਘੰਟੇ ਦੀ ਗੇਮ ਖੇਡ ਕੇ ਨਾ ਇੱਥੇ ਫਸੇ ਤੂੰ, ਇੱਥੇ ਹੀ ਹੋਣਾ ਐਲ ਮੱਲਿਓਂ ਤੋਂ ਬਾਹਰ ਨਹੀਂ ਨਿਕਲਣਾ। ਯਾਰ ਉਹ ਮੇਰਾ ਕੜਥੋਲੀ ਫੇਲ ਹੋ ਗਿਆ, ਮੈਂ ਕੀ ਕਰ ਸਕਣਾ। ਬਟ ਸਾਹਿਬ, ਖੇਡ ਲਈ ਗੇਮ ਭਾਈ ਜਾਨ, ਇਹ ਨਾ ਕਰਨਾ ਕੀ ਇਹਦੇ ਵਿੱਚ? ਇਹ ਭਾਈ ਜਾਨ ਇੱਕ ਸ਼ਿਪ ਪੇ ਥਾ, ਉਹ ਸ਼ਿਪ ਇਹਨੋਨੇ ਵੋ 10 ਸਾਲ ਕੇ ਲਈ ਮਤਲਬ ਇਨਕੋ ਕੋਈ ਨੀਂਦ ਵਾਲੀ ਦਵਾਈ ਦੇ ਕੇ ਨਾ ਸਮਾਇਆ ਹੋਇਆ ਸੀ। ਮਗਰ ਲੰਘ ਗਏ 60 ਸਾਲ। ਅੱਛਾ, ਤੇ ਹੁਣ ਬਾਅਦ ਵਿੱਚ ਫਿਰ ਇੱਕ ਪਾਗਲ ਜਿਹਾ ਸਾਇੰਟਿਸਟ ਸੀ ਤੁਹਾਡੇ ਦਾਦਾ ਬੂ ਵਰਗਾ, ਤੇ ਉਹਨੇ ਇਹਨਾਂ ਨੂੰ ਨਾ ਵਾਲਾਂ ਜਿਹਾ ਨਾ ਬੜੇ ਅਜੀਬ ਜਿਹੇ ਵਾਲ ਸਨ ਹੋ ਰਹੇ, ਤੇ ਉਹ ਇਹਨਾਂ ਨੂੰ ਥੱਲੇ ਲਾ ਲਿਆਉਂਦਾ, ਠਾ ਲਿਆਉਂਦਾ। ਮੇਰਾ ਦਾਦਾ ਹੀ ਤੁਹਾਨੂੰ ਜੰਗਲਾਂ 'ਚ ਲੈ ਕੇ ਆਇਆ ਸੀ, ਕਹਿੰਦਾ ਵਰਲਡ ਕੋ ਆਪਕੀ ਸਰਵਿਸਿਸ ਕੀ ਜ਼ਰੂਰਤ ਹੈ। ਆਂਦੀਆਂ ਕਰਨੀਆਂ ਪਟਿਓ, ਉਹ ਕਹਿ ਰਹਾ ਥਾ ਵਰਲਡ ਕੋ ਆਪਕੀ ਸਰਵਿਸਿਸ ਕੀ ਜ਼ਰੂਰਤ ਹੈ, ਆਪ ਹਮਾਰੀ ਹੈਲਪ ਕਰੇ। ਜੰਗਲਾਂ 'ਚ ਨਿੱਕੀਆਂ ਘਗੜੀਆਂ ਪਾ ਕੇ ਚੱਲ ਤੇ ਸੋਹਣਾ ਕਰਦੇ ਹੁੰਦੇ ਸੋ,
ਮੇਰਾ ਦਾਦਾ ਹੀ ਤੁਹਾਨੂੰ ਲਿਆ ਉਹ ਤੇਰਾ ਦਾਦਾ ਐਡਾ ਮਰੋ ਕ੍ਰਿਸਟੋਫਰ ਕੋਲੰਬਸ ਰਹਿੰਦਾ ਨੀ ਉਹ ਮਰੇ ਕੋਲੰਬਸ ਸਿੱਧਾ ਕਰਾ ਪਹਿਲੇ ਆਪਣਾ ਕੋਲੰਬਸ ਹੋਰ ਪੁੱਠਾ ਹੁੰਦਾ ਅੱਛਾ ਗੱਲ ਤਾਂ ਸੁਣ ਲੈ ਯਾਰ ਅੱਛਾ ਮੈਂ ਕਿਆ ਕਹਿ ਰਿਹਾ ਥਾ ਅੱਛਾ ਮੈਂ ਕਿਆ ਕਹਿ ਰਿਹਾ ਉਹ ਤੇਰੀ ਉਰਦੂ ਹੈ ਉਹ ਕਦੀ ਕਦੀ ਨਿਕਲ ਜਾਂਦੀ ਹੈ ਮੇਰੇ ਕੋ ਇਸ ਤੋਂ ਮਾਇੰਡ ਨਹੀਂ ਕਰਨਾ ਤੋ ਉਹ ਇਸਕੋ ਲੈ ਕੇ ਆਇਆ ਤੋ ਕਹਤਾ ਬਾਈ ਜਾਨ ਆਪ ਹਮਾਰੀ ਹੈਲਪ ਕਰੇ ਤਾਰਾਂ ਲੱਗੀਆਂ ਦਾ ਮਤਲਬ ਤੂੰ ਨਾਲ ਤੇ ਆਇਆ ਉਹ ਸ਼ਿਪ ਕੰਪਲੀਕੇਟਿਡ ਦੀ ਕਿਸਮ ਦੀ ਪਰਸਨੈਲਿਟੀ ਬਣਾ ਲੈਣਾ ਤੂੰ ਨਾ ਉੱਤੋਂ ਨਾ ਉਹਨੇ ਨਾ ਇਹਨੂੰ ਇੱਕ ਪੌੜ ਚ ਪਾ ਕੇ ਸੋਟਿਆ ਦੇ ਥੱਲੇ ਉਹ ਕਹਿੰਦਾ ਇੱਕ ਬੰਦਾ ਨਾ ਸ਼ਿਪ ਲੈ ਕੇ ਖੜਾ ਹੋਏਗਾ ਜਿਹੜਾ ਉਹਨੇ ਚੁੱਪਣ ਦੀ ਕੋਸ਼ਿਸ਼ ਕੀਤੀ ਪੌੜ ਨੂੰ ਆ ਕੇ ਐਗਜ਼ੈਕਟਲੀ ਉਹਨੇ ਅਰੇ ਚੁੱਪਣ ਦੀ ਕੋਸ਼ਿਸ਼ ਕੀਤੀ ਪੌੜ ਡੋਰੇ ਉੱਤੇ ਪੌੜ ਥੱਲੇ ਆ ਕੇ ਮਰ ਗਿਆ ਉਹ ਪੌੜ ਥੱਲੇ ਆ ਕੇ ਮਰ ਗਿਆ ਇਹ ਗਿਆ ਔਰ ਸ਼ਿਪ ਚ ਤੇ ਕੰਪਿਊਟਰ ਕਹਿੰਦਾ ਭਾਜੀ ਪਾਵਰ ਕੋਰ ਨੀ ਹੈਗੀ ਵਿੱਚ ਤੇ ਤੁਸੀਂ ਪਾਵਰ ਕੋਰ ਲੈ ਕੇ ਆਓ ਤੇ ਇਹ ਹੁਣ ਇਸ ਮਹੱਲੇ ਚ ਪਾਵਰ ਕੋਰ ਲੈਣ ਆਇਆ ਠੀਕ ਹੈ ਪਾਵਰ ਕੋਰ ਤੁਸੀਂ ਕੋਈ ਗੀਜ਼ਰ ਵਾਲਾ ਵੱਡਾ ਸੈੱਲ ਸਮਝ ਲਓ ਅੱਛਾ ਬੋਰਡਨ ਦੇ ਉੱਤੇ ਡਿੱਗਿਆ ਉਹਨੇ ਕਿਹਾ ਨੀ ਉਹ ਤੁਹਾਨੂੰ 11ਵੀਂ ਵਾਲੀ ਸਰਕਾਰ ਨੇ ਲੈਣਾ ਯੈਸ ਵਾਟ ਇਜ਼ ਇਟ ਨੀ ਉਹਨੇ ਕਿਹਾ 12ਵੀਂ ਵਾਲੀ ਨੇ ਲੈਣਾ ਇਹ ਤੇ ਉਹੀ ਨਹੀਂ ਸੀ ਪਹਿਲੇ ਜਿਹੜਾ ਲੜਨ ਦੇ ਸੀ ਉਹੀ ਸੀ ਯਾਰ ਆਹੋ 12ਵੀਂ ਆਇਆ ਸੀ ਹਾਂ ਆਹ ਮਹੱਲੇ ਅੱਗੇ ਦਾ ਕੋਈ ਲੱਗਦਾ ਕਰਿੰਦਾ ਇਹਦੀਆਂ ਫਜ਼ੂਲ ਬਕਵਾਸ ਨਹੀਂ ਸੁਣਨੀ ਦੱਸਦਾ ਜਮਾ ਇੰਗਲਿਸ਼ ਚ ਲਿਖਿਆ ਅੱਛਾ ਹੁਣ ਤੂੰ ਕਰਨ ਕੀ ਆਇਆ ਤੈਨੂੰ ਇਹ ਵੀ ਨੀ ਪਤਾ ਹੋਣਾ ਕਰਨ ਕੀ ਦੇ ਤੂੰ ਨਹੀਂ ਕਰਨ ਉਹ ਤੇ ਮੈਨੂੰ ਪਤਾ ਉਹਨੇ ਨਾ ਟਾਊਨ ਦੇ ਮੇਅਰ ਨੇ ਭੇਜਿਆ ਕਿ ਜਾ ਕੇ ਨਾ ਮੇਰੇ ਟਾਊਨ ਨੂੰ ਕੁਝ ਬੰਦੇ ਬਗਾਵਤ ਕਰਕੇ ਛੱਡ ਚੁੱਕੇ ਨੇ ਉਹਨਾਂ ਕੋਲ ਪਾਵਰ ਕੋਰ ਹੈਗੀ ਉਹਨਾਂ ਨੂੰ ਜਾ ਕੇ ਪਾਵਰ ਕੋਰ ਚੋਰੀ ਕਰ ਲਾ ਉਹਨਾਂ ਦੀਆਂ ਉਹਨਾਂ ਨੂੰ ਸਾਰਿਆਂ ਨੂੰ ਮਾਰ ਦੇ ਤੇਰੀ ਚੁਆਇਸ ਚਲੋ ਜੀ ਚੱਲੀਏ ਹੁਣ ਤਾਂ ਗੱਲ ਹੋ ਗਈ ਜਿਹੜੀ ਹੋਣੀ ਸੀ ਕੋਈ ਏਡੀ ਖਾਸ ਗੱਲ ਹੋਈ ਨੀ ਵੈਸੇ ਤੁਸੀਂ ਕੀ ਕਰਨਾ ਚਾਹ ਰਹੇ ਹੋ ਕੀ ਨਹੀਂ ਕਰਨਾ ਚਾਹ ਰਹੇ ਇਸ ਤੋਂ ਬਾਅਦ ਲੋਕਾਂ ਨੂੰ ਇਹ ਜਾਨਰਾ ਥੋੜਾ ਜਿਹਾ ਬੋਰਿੰਗ ਵੀ ਲੱਗਦਾ ਮਗਰ ਇਹ ਹੈ ਨੀ ਐਕਚੁਅਲੀ ਬੜਾ ਮਜ਼ੇਦਾਰ ਹੈਗਾ ਦੋ ਰੋਟੀਆਂ ਮੰਗਾ ਲਈ ਨਹੀਂ ਨਾਲ ਚਾਰ ਟਾਫੀਆਂ ਵੀ ਕਰ ਲੈ ਨਾਲ ਲਾ ਲਾ ਕੇ ਖਾਂਦੇ ਰਹੇ ਬਾਬਲਾ ਕਿਸੇ ਗੇਮ ਚ ਦੇਖਿਆ ਤੂੰ ਸੜਕ ਚੋਂ ਲਾਵਾ ਨਿਕਲਦਾ ਐ ਵੇ ਇਹ ਤੁਹਾਡੀ ਹੀ ਸੜਕਾਂ ਨੂੰ ਓਏ ਕਿੰਨਾ ਪੰਗਾ ਛੋਟਾ ਪੱਟੀ ਗਿਆ ਛੋਟਾ ਪੱਟੀ ਆ ਗਿਆ ਉਹ ਮਾਰ ਦਿੱਤਾ ਉਹ ਮਲੰਗੀ ਆ ਗਿਆ ਆਪਣਾ ਕਬੀਲਾ ਹੀ ਮੁਕਾ ਦੇਣਾ ਮਾਰ ਮਾਰ ਬਾਰਬੀਕਿਊ ਹੋ ਜਾ ਇਸ ਕੰਮ ਨੂੰ ਤੂੰ ਬਹੁਤ ਕੀ ਉਹਨੂੰ ਕਹਿੰਦੇ ਨੇ ਕੀ ਹੈਗਾ ਥੱਲੋਂ ਚੁੱਕ ਚੁੱਕ ਕੇ ਛਾਵਾਂ ਤੇ ਤੂੰ ਲੈ ਕੇ ਜਾਣਾ ਗੇਮ ਹੈ ਇਸ ਤਰ੍ਹਾਂ ਦੀ ਇਸ ਮੈਂ ਐਸਾ ਕਰਨਾ ਪੈਂਦਾ ਹੈ ਇਹਦੀ ਲੱਤ ਕੌਣ ਲੈ ਗਿਆ ਕਿਸੇ ਨੂੰ ਮੰਜੀ ਦਾ ਪਾਵਾ ਚਾਹੀਦਾ ਹੋਣਾ ਇਹਦੀਆਂ ਲੱਤਾਂ ਪਾਵਾਂ ਲਾ ਕੇ ਨਾ ਇਹਦਾ ਸਿਰਾਣਾ ਬਣਾ ਲਓ ਬਣਾਉਂਦੇ ਆ ਹੁਣੇ ਵੇਖੀ ਉਹ ਚ ਬੜੇ ਸੋਹਣੇ ਸਿਰਾਣੇ ਬਣਦੇ ਮੇਰਾ ਕੜਥੁੱਲ ਕਿੱਥੇ ਆ ਵੇਖੀ ਹੁਣ ਤੈਨੂੰ ਦੱਸਦਾ ਪੁੱਤਰ ਵੇਖ ਗੰਡਾ ਸਾ ਸੁਲਤਾਨ ਰਾਂਗ ਵਾਲਾ ਇਹਦੇ ਨਾਲ ਤੂੰ ਵੈਸੇ ਜੰਜਾ ਨਹੀਂ ਸੀ ਮੰਗਦਾ ਹੁੰਦਾ ਅੱਗੇ ਗੰਡਾ ਸਿੰਘ ਨਾਲ ਵਟਸਐਪ ਕੌਣ ਜੰਜਾ ਜੰਜ ਦੇ ਅੱਗੇ ਜਦੋਂ ਡੰਡਾ ਲੈ ਕੇ ਘੁਮਾਉਂਦਾ ਨਹੀਂ ਸੀ ਹੁੰਦਾ ਉਹ ਭੁੱਲ ਹੋਰ ਥੋੜਾ ਹੋਰ ਤਰ੍ਹਾਂ ਦਾ ਹੁੰਦਾ ਸੀ ਕਿਸ ਤਰ੍ਹਾਂ ਦਾ ਹੁੰਦਾ ਉਹ ਤੁਹਾਡੇ ਦਾਦਾ ਬੂਆ ਉਸ ਡੰਡੇ ਨਾਲ ਤੁਹਾਨੂੰ ਹਾਂਕ ਕੇ ਲੈ ਗਿਆ ਸਨ ਜੰਗਲ ਦੇ ਵਿੱਚੋਂ ਅੱਛਾ ਵਟਸਐਪ ਆਪਣੇ ਘਰ ਜਾ ਕੇ ਚੈੱਕ ਕਰਨਾ ਨਾ ਪੇਟੀ ਚ ਤੁਹਾਨੂੰ ਇੱਕ ਗੋਲ ਜਿਹੀ ਚੀਜ਼ ਮਿਲੇਗੀ ਕੋਸ਼ਿਸ਼ ਕੀ ਹੈ ਉਸਨੇ ਜਾਣ ਕੇ ਉਹ ਵੀ ਫੁੜ ਗਿਆ ਇਹ ਦੇਖੋ ਨਹੀਂ ਸ਼ਾਮਾ ਨੂੰ ਕੋਈ ਕੱਢ ਕੇ ਲੈ ਗਿਆ ਹੁੰਦਾ ਤੂੰ ਕੀ ਉਹ ਮਰੇ ਨੂੰ ਸਜ਼ਾ ਦਿੰਦੇ ਹਾਂ ਮੈਂ ਚਵਲਾ ਜਿਹਾ ਮੰਨਦਾ ਕਿ ਮਰਨ ਤੋਂ ਪਹਿਲੇ ਬੋਡੀ ਲਿਖ ਕੇ ਲਾ ਜਾਂਦਾ ਉਹ ਤੇਰੀ ਪਾਰਟ ਚਲੀ ਬਚ ਗਈ ਯਾਰ ਵਟਸਐਪ ਤੇ ਗੇਮ ਸੇਵ ਨਾ ਕਰ ਲਈ ਇੱਕ ਕੀ ਨਾ ਕਰਦੀ ਮੇਰੇ ਗੇਮ ਖੇਡਣ ਤੇ ਲਾਣ ਤੇ ਯਾਰ ਚੱਲ ਮਾਰਨਾ ਮੈਂ ਕੜਥੋਲ ਨਾਲ ਹੀ ਜੋ ਮਰਜ਼ੀ ਹੋ ਜਾ ਐਸ਼ਵਰੀਆ ਰਾਏ ਆਪਣੀ ਕਿੱਥੇ ਗਈ ਕਿੱਥੇ ਗੋਲੀਆਂ ਚੱਲਣ ਲੱਗੀਆਂ
ਉਹ ਜੀ ਸ਼ਹਿਜ਼ਾਦੀ ਹੈ ਮਰੇ ਚੂੜ ਕਾਣੇ ਦੀ ਉਰਦੂ ਬੋਲਣ ਵਾਲੇ ਕਿਥੋਂ ਆ ਗਿਆ ਬਟ ਸਾਹਿਬ ਆ ਕਹੀਂ ਬੀਕਨ ਉਸਮੇ ਤੋਂ ਨਹੀਂ ਪੜੇ ਨਹੀਂ ਸਰ ਮੈਂ ਅੱਛੀ ਉਰਦੂ ਆਪਣੇ ਕਹਾਂ ਸੇ ਸਿੱਖੀ ਹੈ ਮੈਂ ਸਰ ਟਾਟੋ ਵਾਲੇ ਸਕੂਲ ਸੇ ਪੜ੍ਹਾ ਤੇਰਾ ਬਣਦਾ ਵੀ ਉਹ ਲੋ ਜੀ ਅਸੀਂ ਹੁਣ ਇੱਕ ਭੈੜੀ ਜੀ ਮਾਈ ਨੂੰ ਮਿਲਣ ਲੱਗੇ ਹਾਂ ਔਰ ਕੋਈ ਸਾਡੀ ਪਾਵਰ ਕੋਰ ਸਾਡੀ ਤੇ ਨਹੀਂ ਹੋ ਰਹੀ ਹੈਗੀ ਅਸੀਂ ਉਹ ਕੋ ਖੋਣੀ ਆ ਤੇ ਜੇ ਗੱਲ ਥੱਲੇ ਉਹਦੀ ਪਾਵਰ ਵੀ ਵੇ ਪਾਰਵਤੀ ਦੀ ਉਹ ਵੀ ਘੱਟ ਹੋਈ ਅੱਛਾ ਉਹਰੀ ਵੀ ਪਾਵਰ ਹੈਗੀ ਅੰਨਾ ਤੈਨੂੰ ਗੇਮ ਦਾ ਵੀ ਨਹੀਂ ਪਤਾ ਕਿ ਉਹਦੀ ਪਾਵਰ ਵੀ ਹੁੰਦੀ ਮੇਰੇ ਮਾਰੇ ਜਾਂਦੀ ਪਟੀ ਯਾਰ ਮੇਰੇ ਮਾਰੇ ਕਿਉਂ ਨਹੀਂ ਮਾਰਦੀ ਲੋਕਾਂ ਦੇ ਮਾਰੇ ਕਿਉਂ ਮਰਦੀ ਪਟੀ ਜਦੋਂ ਤੂੰ ਚੁੰਮੀ ਲਏਗਾ ਨਾ ਉਦੋਂ ਮਰੇਗੀ ਉਹ ਚੁੰਮੀ ਲਏਗਾ ਮਰੇ ਉਹਦਾ ਮੂੰਹ ਵੇਖ ਮੈਨੂੰ ਖੌਫ ਆਣ ਡਿਆ ਔਰ ਤੂੰ ਮੈਂ ਉਹਦੀ ਚੁੰਮੀ ਕਿੱਥੋਂ ਲੈਣੀ ਵੈਸੇ ਉਹਦਾ ਨੱਕ ਤੇ ਤੇਰਾ ਨੱਕ ਇੱਕੋ ਵਰ ਗਈ ਹੈ ਵੈਸੇ ਹਮ ਨਾ ਕੁਝ ਵੀ ਤੋਂ ਨੋ ਕਮੈਂਟਸ ਬਾਟ ਸਾਹਿਬ ਆਪਨੇ ਬਦਤਮੀਜ਼ੀ ਕੀ ਮੇਰੇ ਸਾਥ ਮਾਮਾ ਮੇਰੀ ਮਾਸੀ ਦੀ ਕੁੜੀ ਹੈ ਮੇਰੀ ਹਮ ਨੱਕ ਕਿੱਥੋਂ ਹੋ ਗਈ ਬਾਟ ਸਾਹਿਬ ਆਏ ਹਾਏ ਕਿੱਡੇ ਸੋਹਣੇ ਦਰਖਤ ਨੇ ਬਟ ਜਿਹੜੀ ਤੂੰ ਪੜਦਾ ਰਿਹਾ ਮੈਟ੍ਰਿਕ ਤੇਰੀ ਟੋਟਲ ਤੇ ਲਾਨਤ ਬੇਟਾ ਜਿੰਨੀ ਰਹਿ ਗਈ ਕੇਲੇ ਦੇ ਦਰਖਤ ਦਾ ਵੀ ਨੀ ਪਤਾ ਕੁੱਕੜ ਵੇ ਇਹਨਾਂ ਨੂੰ ਦਾਣਾ ਪਾਉਂਦਾ ਰਿਹਾ ਬਟ ਤੁਹਾਡੇ ਕਬੀਲੇ ਦਾ ਕੁੱਕੜ ਹੈ ਬੜੀ ਝਾੜ ਮਾਰੀ ਆਈ ਐਮ ਸੌਰੀ ਰੇਲੀ ਰੇਲੀ ਮੈਂ ਦੋ ਦਫਾ ਬੁਲਾਉਣਾ ਚਾਹ ਰਿਹਾ ਸੀ ਇਕੱਠਾ ਤੂੰ ਦਾਦੇ ਨੂੰ ਜਿਹੜਾ ਦਾਦੇ ਨੇ ਤੈਨੂੰ ਵਧਾਇਆ ਨਾ ਤੂੰ ਦਾਦੇ ਨੂੰ ਮੇਰੇ ਨੂੰ ਬੁਲਾਉਂਦਾ ਬਾਰ ਬਾਰ ਤੇਰਾ ਦਾਦਾ ਵੀ ਤੇ ਮਹੱਲੇ ਚ ਹਰ ਮਾਈ ਨਾਲ ਫ੍ਰੀ ਹੁੰਦਾ ਰਹਿੰਦਾ ਜਵਾਬ ਦੇ ਦਾ ਪਰ ਗੰਦੀ ਗੰਦੀ ਗੱਲ ਹੀ ਕਰਿਆਂਗਾ ਬਟ ਤੂੰ ਐਯੋ ਮਾਈ ਇਫ ਯੂ ਬੇਅਰ ਐਨ ਇਲਨੈਸ ਫਾਈਂਡ ਅ ਪਲੇਸ ਟੂ ਲੇ ਯਰ ਹੈਡ ਡਾਊਨ ਮੈਂ ਮੂੰਹ ਤੇ ਕੀ ਹੋਇਆ ਟਰੱਕ ਥੱਲੇ ਆ ਗਈ ਸੀ ਓਏ ਇਹਦੀ ਗੱਲ ਤੇ ਸੁਣ ਲੈਂਦੇ ਕੀ ਕਹਿੰਦੇ ਸੀ ਗੇਮ ਵੀ ਖੇਡਣੀ ਹੈ ਕਿ ਬਕਵਾਸ ਹੀ ਕਰਦੇ ਰਹੋ ਸੁਣਾ ਤੂੰ ਓਰੇ ਮਾਮਾ ਤੇਰੀ ਘਰ ਕੋ ਨਹੀਂ ਸੁਣਦਾ ਫੇ ਹਾਂ ਜੀ ਤੁਹਾਨੂੰ ਤਾਂ ਵਕੀਲ ਸਾਹਿਬ ਕਹਿੰਦੇ ਨੇ ਕਰ ਰਹੇ ਅਲਹਮਦੁਲਿਲਾ ਹਾਂ ਜੀ ਕੀ ਆਂਦੀ ਆ ਉਹਦੀ ਬਕਵਾਸ ਸੁਣੋਗੇ ਤਾਂ ਫਿਰ ਯੂ ਮਸਟ ਬੀ ਆ ਹੋਇਆ ਯਾਰਾ ਨਾ ਹੋਣਾ ਠੀਕ ਹੈ ਹੈਵ ਬੀਨ ਕਾਲਡ ਦੈਟ ਅਮੰਗ ਅਦਰ ਥਿੰਗਸ ਗ੍ਰੀਨ ਫਲਾਵਰ ਸੁਣ ਲੈਨੇ ਆ ਗ੍ਰੈਂਡਮਦਰ ਦ ਸਟ੍ਰੇਂਜ ਓਲਡ ਲੇਡੀ ਹੂ ਕੀਪਸ ਫਲਾਵਰਸ ਬਟ ਯੈਸ ਐਡਲੇਡ ਵਿਲ ਡੂ ਜਸਟ ਫਾਈਨ ਫਾਈਨ ਸੇ ਯੂ ਐਕਸਕਿਊਜ਼ ਮੀ ਮਿਸ ਮੈਕਡੇਵਿਟ ਸੌਰੀ ਇਟਸ ਜਸਟ ਯੂ ਗਾਟ ਸੱਚ ਪ੍ਰੀਟੀ ਟ੍ਰੀਜ਼ ਇਨ ਹੇਅਰ ਵੇਖਿਆ ਦਰਖਤ ਉਹਨਾਂ ਵੀ ਸੋਹਣੇ ਲੱਗੇ ਸਿਰਫ ਮੇਰੇ ਕੇਲੇ ਦੇ ਆਰਪੀਜੀ ਗੇਮ ਮੈਂ ਐਸਾ ਹੀ ਹੋਤਾ ਨਾ ਆਪਣੇ ਕਨਵਰਸੇਸ਼ਨ ਗੇਮ ਹੀ ਚੰਗੀ ਲਾ ਰਹਾ ਹੈ ਨਹੀਂ ਹੁੰਦੀ ਹੈ ਅ ਹੋਮ ਫॉर ਐਨੀਵਨ ਹੂਸ ਐਵਰ ਟਰਨ देयर ਬੈਕ ਸੋ ਲਾਈਕ ਦਿਸ It is an the no deep ਖੰਗੀ ਜਾਈ 50 ਰੁਪਏ ਦਾ ਸਿਰਪ ਨਾ ਨਹੀਂ ਬਹੁਤ ਪੁਰਾਣੀ ਹੋ ਗਈ ਛੱਡ ਦੇ ਕੀ ਪੁਰਾਣੀ ਹੋ ਗਈ ਉਹ ਕਰ ਲੈ ਕੁਛ ਤੇ ਕਰ ਲੈ ਪੜ੍ਹਦਾ ਹੈ ਨੀ ਪਿਆ ਪੜ੍ਹਦਾ ਪਿਆ ਜਿਹੜੀ ਸਾਰਿਆਂ ਤੋਂ ਲੰਮੀ ਲੈਣੀ ਉਹਨੂੰ ਕਲਿੱਕ ਕਰੀ ਜਾਂਦੇ ਆ ਤੇਰੇ ਸਦਕੇ ਜਾਵਾ ਪੜ੍ਹ ਕੇ ਵਾਹ ਕੀ ਲਿਖਿਆ ਪੜ੍ਹ ਕੇ ਵੇਖਣ ਡਿਆ ਯਾਰ ਐ ਤੈਨੂੰ ਕੀ ਲੱਗ ਰਿਹਾ ਮੈਂ ਬਸ ਕਲਿੱਕ ਕਰੀ ਜਾਣ ਡਿਆ ਤੇ ਵੇਖ ਤੇ ਸਹੀ ਪੜ੍ਹਦਾ ਸੀ ਉੱਚਾ ਤੇ ਪੜ੍ਹਦਾ ਉੱਚਾ ਤੇ ਪੜ੍ਹੀਆਂ ਕਰੀ
ਪਤਾ ਚੱਲੇ ਜਿਹੜੇ ਤੂੰ ਛੋਲੇ ਦੇ ਕੇ ਪਾਸ ਹੋਣਾ। ਉਹਨੂੰ ਕਹਿ ਰਹੇ ਦੇਤਾ ਬਾਜੀ ਛੇਪਲੀ ਚਾਹੀਦਾ ਦੇਣਾ ਹੀ ਤੇ ਦੇ ਬਾਜੀ ਬਾਜੀ ਕੋ 50 ਨਾ ਮੰਗ ਲਈ ਮੈਂ ਡਸ ਕੇ ਜਾਣਾ। ਆਈ ਵਿਲ ਕੰਸੀਡਰ ਇਟ। ਠੀਕ ਹੈ ਨਿਕਲ। ਅੱਛਾ ਨਿਕਲ, ਐਵੇਂ ਹੁਣ ਫ੍ਰੀ ਹੋਈ ਜਾਂਦਾ ਹਰ ਬੰਦਾ ਮੇਰੇ ਨਾਲ ਕੰਪਿਊਟਰ ਕੀ ਮਿਲਿਆ। ਉਹ ਸਾਨੂੰ ਜੇਲ ਕੀ ਹੋ ਗਈ ਪਿੱਛੋਂ ਆਤੀ ਚੁੱਕ ਲਈ ਕਿੱਥੇ ਕਮਰਾਂ ਚ ਆਉਂਦੇ ਬੜੀ ਜਾਣਦੇ ਕੋਈ ਚੋਰੀ ਚੂਰੀ ਕਰ ਲਈ ਆ ਕੁਛ ਹੱਲ ਵਾਕੀ ਉੱਥੇ ਆਉਂਦੇ ਆ ਸਟੀਲ ਆ। ਆਹ ਤਾਂ ਹੋਰ ਕੀ, ਮੈਂ ਆਮ ਚੋਰ ਥੋੜੀ ਹੁਣ ਅਜੇ ਕੋਈ ਆ ਗਿਆ ਤੇ ਮੇਰੀ ਲੰਬ ਨਿਕਲ ਜਾਣੀ। ਜਿਹਨੂੰ ਤੂੰ ਬਾਜੀ ਕਹਿੰਦੇ ਆ ਨਾ ਉਹਨੇ ਤੈਨੂੰ ਬਾਅਦ ਚ ਇੱਥੇ ਲੰਮਿਆਂ ਪਾ ਕੇ ਯਾਰ ਇਹਨੂੰ ਕੁੱਟਣਾ। ਅੱਛਾ ਇਸ ਗੇਮ ਦੀ ਸਭ ਤੋਂ ਅੱਛੀ ਗੱਲ ਹੈ ਤੁਸੀਂ ਜਿਹਨੂੰ ਮਰਜ਼ੀ ਮਾਰ ਸਕਦੇ ਹੋ, ਤੁਹਾਨੂੰ ਥੋੜ੍ਹਾ ਜਿਹਾ ਡੈਮੋ ਦੇ ਦਿੰਦੇ ਕਿੱਥੇ ਗਈ ਬਾਜੀ ਕਿੱਥੇ ਮਾਰ ਮਰਦੀ ਹੈ। ਤੇਰੀ ਦਿੱਤਾ